ਸਪੀਕਰ ਸਾਹਿਬ, ਪਿਛਲੇ ਦਿਨੀ ਵਿਧਾਨ ਸਭਾ ਦੇ ਵਿੱਚ ਇੱਕ ਪੋਸਟ ਦੀ ਖੇਤੀ ਦਾ ਜਿਹੜਾ ਬਹੁਤ ਵੱਡਾ ਜਿਹੜਾ ਮੁੱਦਾ ਗੁਮਰਾਇਆ ਔਰ ਹਰੇਕ ਦੇ ਚਿਹਰੇ ਦੇ ਉੱਪਰ ਲਾਲੀ ਆ ਗਈ ਸੀਗੀ। ਪਰ ਇੱਕ ਗੱਲ ਹੋਈ ਸਰ, ਮੈਂ ਮੰਤਰੀ ਸਾਹਿਬ ਨੂੰ ਬਹੁਤ ਪਿਆਰ ਕਰਦਾ, ਸਾਡੇ ਬਹੁਤ ਸਤਿਕਾਰਯੋਗ ਨੇ। ਜਦੋਂ ਮੰਤਰੀ ਸਾਹਿਬ ਨੇ ਕੁਐਸਚਨ ਕੀਤਾ ਸੀਗਾ ਤਾਂ ਮੰਤਰੀ ਸਾਹਿਬ ਨੇ ਨਾਂ ਦੇ ਵਿੱਚ ਜਵਾਬ ਦਿੱਤਾ। ਲੋਕਾਂ ਦੇ ਵਿੱਚ ਰੋਸ ਹੈ, ਮੈਂ ਮੰਤਰੀ ਸਾਹਿਬ ਨੂੰ ਬਚਾਉਣਾ ਚਾਹੁੰਦਾ ਕਿ ਹਾਂ ਪੱਖੀ ਕਿਸਾਨਾਂ ਦੇ ਵਿੱਚ ਉਹਨਾਂ ਦੇ ਹੱਕ 'ਚ ਨਾਰਾ ਮਾਰਨ ਤੇ ਸਰ ਬਹੁਤ ਵਧੀਆ ਹੋਏਗਾ, ਇਹ ਲੋਕਾਂ 'ਚ ਜਾਣ ਜੋਗੇ ਰਹਿ ਜਾਣਗੇ। ਸਰ ਬਹੁਤ ਬਹੁਤ ਧੰਨਵਾਦ। ਮੈਂ ਇੱਕ ਗੱਲ ਕਰਦਾ, ਚਾਈਨਾ ਬ੍ਰਿਟਿਸ਼ ਦੇ ਕੰਟਰੋਲ 'ਚ ਆ ਨਹੀਂ ਰਿਹਾ ਸੀ, ਚਾਈਨਾ ਬ੍ਰਿਟਿਸ਼ ਦੇ ਕੰਟਰੋਲ 'ਚ ਆ ਨਹੀਂ ਰਿਹਾ ਸੀ। ਉਹਨਾਂ ਨੇ ਲੜਾਈਆਂ ਲੜੀਆਂ ਤੇ ਚਾਈਨਾ ਨੇ ਉਹਨੂੰ ਹਰਾਤਾ। ਲੇਕਿਨ ਫਿਰ ਬ੍ਰਿਟਿਸ਼ ਨੇ ਕੀ ਕੀਤਾ, ਬੰਗਾਲ ਦੇ ਵਿੱਚ ਅਫੀਮ ਪੈਦਾ ਕਰਾਈ, ਓਪੀਅਮ ਬਹੁਤ ਲੜੀਆਂ, ਫਿਰ ਚਾਈਨਾ ਨੂੰ ਗੁਲਾਮ ਕੀਤਾ। ਸੋ ਹਰੇਕ ਚੀਜ਼ ਦੇ ਪੋਜ਼ਿਟਿਵ ਨੈਗੇਟਿਵ ਵਿਚਾਰ ਕੇ ਹੀ ਕਿਸੇ ਚੀਜ਼ ਵੱਲ ਜਾਇਆ ਜਾ ਸਕਦਾ। ਸੋ ਕੋਈ ਇੰਨਾ ਜ਼ਿਆਦਾ ਆਪਾਂ ਨੂੰ ਇਹਦੇ ਵਾਸਤੇ ਉਤਾਵਲੇ ਨਹੀਂ ਹੋਣੇ ਚਾਹੀਦਾ, ਠੀਕ ਹੈ ਨਾ ਜੀ। ਇਹ ਤਾਂ ਜਿਨ੍ਹਾਂ ਨੇ ਚਿੱਟਾ ਲਿਆਂਦਾ ਨਾ ਜੀ, ਉਹਨਾਂ ਨੂੰ ਵੇਖਣਾ ਪੈਣਾ ਉਹਨਾਂ ਦਾ ਕੀ ਇਰਾਦਾ ਸੀ ਇੱਥੇ, ਇਹ ਵੇਖਣਾ ਪੈਣਾ। ਹਾਂ, ਮਾਵਾਂ ਰੋਂਦੀਆਂ ਵਿਲਕਦੀਆਂ, ਆਪਣੇ ਬੱਚਿਆਂ ਨੂੰ ਖੁਦ ਮਾਵਾਂ ਕਹਿੰਦੀਆਂ ਵੀ ਇਹਨਾਂ ਨੂੰ ਅੰਦਰ ਦੇ ਦਿਓ। ਸੋ ਇਸ ਕਰਕੇ ਇਹ ਬਹੁਤ ਸੰਵੇਦਨਸ਼ੀਲ ਜਿਹੜਾ ਇਹ ਵਿਸ਼ਾ ਹੈ। ਸਪੀਕਰ ਸਾਹਿਬ, ਪਿਛਲੇ ਦਿਨੀ ਵਿਧਾਨ ਸਭਾ ਦੇ ਵਿੱਚ ਇੱਕ ਪੋਸਟ ਦੀ ਖੇਤੀ ਦਾ ਜਿਹੜਾ ਬਹੁਤ ਵੱਡਾ ਜਿਹੜਾ ਮੁੱਦਾ ਗੁਮਰਾਇਆ ਔਰ ਹਰੇਕ ਦੇ ਚਿਹਰੇ ਦੇ ਉੱਪਰ ਲਾਲੀ ਆ ਗਈ ਸੀਗੀ। ਪਰ ਇੱਕ ਗੱਲ ਹੋਈ ਸਰ, ਮੈਂ ਮੰਤਰੀ ਸਾਹਿਬ ਨੂੰ ਬਹੁਤ ਪਿਆਰ ਕਰਦਾ, ਸਾਡੇ ਬਹੁਤ ਸਤਿਕਾਰਯੋਗ ਨੇ। ਜਦੋਂ ਮੰਤਰੀ ਸਾਹਿਬ ਨੇ ਕੁਐਸਚਨ ਕੀਤਾ ਸੀਗਾ ਤਾਂ ਮੰਤਰੀ ਸਾਹਿਬ ਨੇ ਨਾਂ ਦੇ ਵਿੱਚ ਜਵਾਬ ਦਿੱਤਾ। ਲੋਕਾਂ ਦੇ ਵਿੱਚ ਰੋਸ ਹੈ, ਮੈਂ ਮੰਤਰੀ ਸਾਹਿਬ ਨੂੰ ਬਚਾਉਣਾ ਚਾਹੁੰਦਾ ਕਿ ਹਾਂ ਪੱਖੀ ਕਿਸਾਨਾਂ ਦੇ ਵਿੱਚ ਉਹਨਾਂ ਦੇ ਹੱਕ 'ਚ ਨਾਰਾ ਮਾਰਨ ਤੇ ਸਰ ਬਹੁਤ ਵਧੀਆ ਹੋਏਗਾ, ਇਹ ਲੋਕਾਂ 'ਚ ਜਾਣ ਜੋਗੇ ਰਹਿ ਜਾਣਗੇ। ਸਰ ਬਹੁਤ ਬਹੁਤ ਧੰਨਵਾਦ। ਮੈਂ ਇੱਕ ਗੱਲ ਕਰਦਾ, ਚਾਈਨਾ ਬ੍ਰਿਟਿਸ਼ ਦੇ ਕੰਟਰੋਲ 'ਚ ਆ ਨਹੀਂ ਰਿਹਾ ਸੀ, ਚਾਈਨਾ ਬ੍ਰਿਟਿਸ਼ ਦੇ ਕੰਟਰੋਲ 'ਚ ਆ ਨਹੀਂ ਰਿਹਾ ਸੀ। ਉਹਨਾਂ ਨੇ ਲੜਾਈਆਂ ਲੜੀਆਂ ਤੇ ਚਾਈਨਾ ਨੇ ਉਹਨੂੰ ਹਰਾਤਾ। ਲੇਕਿਨ ਫਿਰ ਬ੍ਰਿਟਿਸ਼ ਨੇ ਕੀ ਕੀਤਾ, ਬੰਗਾਲ ਦੇ ਵਿੱਚ ਅਫੀਮ ਪੈਦਾ ਕਰਾਈ, ਓਪੀਅਮ ਬਹੁਤ ਲੜੀਆਂ, ਫਿਰ ਚਾਈਨਾ ਨੂੰ ਗੁਲਾਮ ਕੀਤਾ। ਸੋ ਹਰੇਕ ਚੀਜ਼ ਦੇ ਪੋਜ਼ਿਟਿਵ ਨੈਗੇਟਿਵ ਵਿਚਾਰ ਕੇ ਹੀ ਕਿਸੇ ਚੀਜ਼ ਵੱਲ ਜਾਇਆ ਜਾ ਸਕਦਾ। ਸੋ ਕੋਈ ਇੰਨਾ ਜ਼ਿਆਦਾ ਆਪਾਂ ਨੂੰ ਇਹਦੇ ਵਾਸਤੇ ਉਤਾਵਲੇ ਨਹੀਂ ਹੋਣੇ ਚਾਹੀਦਾ, ਠੀਕ ਹੈ ਨਾ ਜੀ। ਇਹ ਤਾਂ ਜਿਨ੍ਹਾਂ ਨੇ ਚਿੱਟਾ ਲਿਆਂਦਾ ਨਾ ਜੀ, ਉਹਨਾਂ ਨੂੰ ਵੇਖਣਾ ਪੈਣਾ ਉਹਨਾਂ ਦਾ ਕੀ ਇਰਾਦਾ ਸੀ ਇੱਥੇ, ਇਹ ਵੇਖਣਾ ਪੈਣਾ। ਹਾਂ, ਮਾਵਾਂ ਰੋਂਦੀਆਂ ਵਿਲਕਦੀਆਂ, ਆਪਣੇ ਬੱਚਿਆਂ ਨੂੰ ਖੁਦ ਮਾਵਾਂ ਕਹਿੰਦੀਆਂ ਵੀ ਇਹਨਾਂ ਨੂੰ ਅੰਦਰ ਦੇ ਦਿਓ। ਸੋ ਇਸ ਕਰਕੇ ਇਹ ਬਹੁਤ ਸੰਵੇਦਨਸ਼ੀਲ ਜਿਹੜਾ ਇਹ ਵਿਸ਼ਾ ਹੈ।